ਸਰਕਾਰ ਬਿਲਕੁਲ ਹੀ ਹੈ ਨਹੀਂ ਗੀ, ਸਰਕਾਰ ਬਿਲਕੁਲ ਮਤਲਬ ਇਸ ਵੇਲੇ ਐਮਰਜੈਂਸੀ ਵਾਲਾ ਹਾਲ ਹੋਇਆ ਪਿਆ ਸਾਡਾ, ਕੋਈ ਸੁਣਵਾਈ ਹੀ ਨਹੀਂ ਹੈਗੀ, ਨਾ ਉੱਥੇ ਕੋਈ ਹਾਲ ਹੈ। NHAI ਦੇ ਹਾਈਵੇ ਦੇ ਪ੍ਰੋਜੈਕਟ ਕੈਂਸਲ ਹੋਣ ਡੇ ਨੇ, ਉਹਦਾ ਚੱਲ ਕੋਈ ਧਿਆਨ ਨਹੀਂ ਗਾ, ਔਰ ਲਾਅ ਐਂਡ ਆਰਡਰ ਮਾੜਾ ਹੈ। ਉੱਥੇ CIA ਸਟਾਫ 'ਚ ਜਿਹੜਾ ਨਾਰਥ ਪੁਲਿਸ ਨੂੰ ਇੰਟਰਵਿਊ ਦੇ ਰਿਹਾ ਹੈ, ਇਹ ਕਹਿ ਰਹੇ ਇੱਥੇ ਹੋਈ ਨਹੀਂ ਪੰਜਾਬ ਦੇ ਵਿੱਚ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਕਾਰਪੋਰੇਸ਼ਨ ਹੈ ਨਹੀਂ ਕਿ ਸਾਰਾ ਸ਼ਹਿਰ ਕੂੜੇ ਨਾਲ ਭਰਿਆ ਪਿਆ, ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਬੰਦ ਨੇ, ਬੁਰੇ ਹਾਲ ਨੇ, ਗੰਦਾ ਪਾਣੀ ਪੀਣ ਵਾਲਾ ਮਿਲ ਰਿਹਾ, ਕਾਰਪੋਰੇਸ਼ਨ 2.5 ਸਾਲ ਤੋਂ ਇੰਨੀ ਕਿ ਸੁੱਤੇ ਨੇ, ਔਰ ਕੋਈ ਫਿਕਰ ਹੀ ਨਹੀਂ ਹੈਗਾ ਉਹਨਾਂ ਨੂੰ। ਇਲੈਕਸ਼ਨ ਦੇ ਵਿੱਚ ਲਗਾਤਾਰ ਹੀ ਗੰਦੇ ਨਾਲੇ 'ਤੇ ਬਹੁਤ ਸਿਆਸਤ ਹੋਈ, ਤੁਹਾਡੇ ਵੱਲੋਂ ਵੀ ਮੁੱਦਾ ਚੁੱਕ ਲਿੱਤਾ ਗਿਆ, ਕੀ ਲੱਗਦਾ ਕਿ ਇਹ ਮੁੱਦਾ ਬਣ ਕੇ ਰਹਿ ਜਾਂਦਾ? ਕੇਂਦਰ ਗੌਰਮੈਂਟ ਨੇ ਕਿਹਾ ਕਿ ਇਹ ਸਾਡਾ ਕੰਮ ਨਹੀਂ ਗਾ, ਉਹਨਾਂ ਨੇ ਕਰਨੇ, ਅਸੀਂ ਪੈਸੇ ਦੇ ਸਕਦੇ ਹਾਂ, ਇਹ ਪ੍ਰੋਜੈਕਟ ਬਣਾ ਕੇ ਲਿਆਓ, ਪ੍ਰੋਜੈਕਟ ਬਣਾਉਂਦੇ ਨਹੀਂ ਗੇ, ਅਤੇ ਰੌਲਾ ਇਸ 'ਚ ਪਾਈ ਜਾਂਦੇ ਵੀ ਹੋਰ ਨਹੀਂ ਰਿਹਾ, ਫਲਾਣਾ ਨਹੀਂ ਕਰ ਰਿਹਾ, ਫਲਾਣਾ ਨਹੀਂ ਕਰ ਰਿਹਾ। ਕੀ ਲੱਗਦਾ ਭਗਵੰਤ ਮਾਨ ਦਾ ਕਰਾਓ ਵੀ ਕੀਤਾ ਜਾ? ਨਹੀਂ ਕਰਾਓ, ਅਤੇ ਜੇ ਉਹ ਨਾ ਕਰਨਗੇ ਫਿਰ ਇਹ ਸਾਰੇ ਕੰਮ ਹੋਣਗੇ, ਅਸੀਂ ਲੋਕ ਆਵਾਜ਼ 'ਤੇ ਬੁਲੰਦ ਕਰਾਂਗੇ ਲੋਕਤੰਤਰ ਤਰੀਕੇ ਦੇ ਨਾਲ। ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਅੱਜ ਅੰਮ੍ਰਿਤਸਰ ਵਿੱਚ ਪਹੁੰਚੇ ਹੋਏ ਨੇ, ਲਗਾਤਾਰ ਹੀ ਲੋਕ ਸਭਾ ਵਿੱਚ ਬਹੁਤ ਸਾਰੇ ਉਹਨਾਂ ਵੱਲੋਂ ਮੁੱਦੇ ਜਿਹੜੇ ਨੇ ਉਹ ਚੁੱਕੇ ਗਏ ਨੇ। ਗੁਰਜੀ, ਲਗਾਤਾਰ ਹੀ ਲੋਕ ਸਭਾ ਵਿੱਚ ਬਹੁਤ ਸਾਰੇ ਮੁੱਦੇ ਚੁੱਕੇ ਜਾ ਰਹੇ ਨੇ, ਖਾਸ ਤੌਰ 'ਤੇ ਬਾਰਡਰ ਬੈਲਟ ਨੂੰ ਲੈ ਕੇ, ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ? ਦੇਖੋ, ਇਹ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਲੋਕ ਸਭਾ ਦੇ ਵਿੱਚ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਹੋਣਾ ਬੜਾ ਜ਼ਰੂਰੀ ਹੈ, ਆਪਣੇ ਹੱਕ ਦੀ ਗੱਲ ਕਰਦੇ ਹਾਂ। ਬਾਕੀ ਤੋਂ ਵਪਾਰ ਖੁੱਲ੍ਹਣਾ ਚਾਹੀਦਾ ਆ, ਅੰਮ੍ਰਿਤਸਰ ਇੱਕ ਮੈਡੀਕਲ ਟੂਰਿਜ਼ਮ ਹੱਬ ਬਣਨਾ ਚਾਹੀਦਾ ਆ, ਇਹ ਸਾਡੀ ਮੰਗ ਹੈ। ਔਰ ਉਸ ਦੇ ਨਾਲ ਜਿਹੜੀ ਬਾਸਮਤੀ ਚੌਲ ਜਿਹੜੇ ਆ ਰਹੇ 1509 ਕਿਸਾਨ ਦੀ ਫਸਲ ਬਣ ਕੇ ਤਿਆਰ ਹੈ, ਸਰਕਾਰ ਵੱਲੋਂ ਤੇ $950 ਕੈਪ ਪ੍ਰਤੀ ਟਨ ਲਾ ਦਿੱਤਾ ਗਿਆ ਵੀ ਤੋਂ ਘੱਟ ਕੋਈ ਖਰੀਦ ਨਹੀਂ ਸਕਦਾ ਇੰਡੀਆ 'ਚੋਂ ਚੌਲ, ਉਹ ਫਿਰ ਪਾਕਿਸਤਾਨ ਤੋਂ ਚੌਲ ਸਾਰੇ ਖਰੀਦ ਰਹੇ ਨੇ, ਉਹ ਵੀ ਸਾਡੇ ਕਿਸਾਨ ਨੂੰ ਜਦੋਂ ਉਹਨਾਂ ਨੂੰ ਆਰਡਰ ਹੀ ਨਹੀਂ ਮਿਲੇ ਐਕਸਪੋਰਟ ਦੇ, ਅਤੇ ਕਿਸਾਨ ਦੀ ਫਸਲ ਕਿਹੜੇ ਚੁੱਕਣੀ? ਔਰ ਇਹ ਬਾਸਮਤੀ ਸਾਡੇ ਦੋ ਹੀ ਦੇਸ਼ਾਂ 'ਚ ਹੁੰਦੀ ਹੈ, ਭਾਰਤ ਅਤੇ ਪਾਕਿਸਤਾਨ 'ਚ, ਉਹ ਨਾ ਚੁੱਕਣ ਕਰਕੇ ਸਾਰਾ ਜਿਹੜਾ ਐਕਸਪੋਰਟ ਆ ਉਹਦਾ ਆਰਡਰ ਜਿਹੜਾ ਪਾਕਿਸਤਾਨ ਨੂੰ ਮਿਲ ਗਿਆ, ਉਹਦੀ ਆਵਾਜ਼ ਚੁੱਕੀ ਅਸੀਂ। ਸੋ ਗੁਰੂ ਨਾਨਕ ਦੇਵ ਹੋਸਪਿਟਲ ਨੂੰ ਮੈਂ ਕਿਹਾ ਮੈਡੀਕਲ ਟੂਰਿਜ਼ਮ ਬਣਾਉਣ ਵਾਸਤੇ ਇੱਥੇ PGI ਜਾਂ ਅੱਛਾ ਇੱਕ ਹੋਸਪਿਟਲ ਲੈ ਕੇ ਆਓ, ESI ਹਸਪਤਾਲ ਦਾ ਮੁੱਦਾ ਰੱਖਿਆ, TB ਹਸਪਤਾਲ ਨੂੰ ਠੀਕ ਕਰਨ ਵਾਸਤੇ ਆਵਾਜ਼ ਬੁਲੰਦ ਕੀਤੀ ਹੈ। ਸੋ ਕਾਫੀ ਚੀਜ਼ਾਂ ਜਿਹੜੀਆਂ ਨੇ ਉੱਥੇ ਅਸੀਂ ਪਾਰਲੀਮੈਂਟ ਦੇ ਵਿੱਚ ਰੱਖੀਆਂ ਨੇ। ਲੇਕਿਨ ਗੁਰਜੀਤ ਜੀ, ਜਿਸ ਤਰ੍ਹਾਂ ਤੁਸੀਂ ਗੁਰੂ ਨਾਨਕ ਦੇਵ ਹੋਸਪਿਟਲ ਦੀ ਗੱਲ ਕੀਤੀ, ਬਹੁਤ ਮਾੜੇ ਹਾਲਾਤ ਨੇ, ਤੁਸੀਂ ਚੱਕਰ ਵੀ ਮਾਰ ਰਹੇ ਹੋ, ਮਾਤਾ ਜੀ ਵੀ ਪਿੱਛੇ ਜਾ ਕੇ ਚੱਕਰ ਮਾਰ ਕੇ ਆਏ ਸੀਗੇ, ਲੋਕ ਲਗਾਤਾਰ ਕੰਪਲੇਂਟ ਦਿੰਦੇ ਹੋਏ ਨਜ਼ਰ ਆ ਰਹੇ ਨੇ, ਕਾਰਨ ਕਿਸਮ ਦਾ? ਸਰਕਾਰ ਸੁੱਤੀ ਨਜ਼ਰ ਆ ਰਹੀ? ਸਰਕਾਰ ਬਿਲਕੁਲ ਹੀ ਹੈ ਨਹੀਂ ਕਿ, ਸਰਕਾਰ ਬਿਲਕੁਲ ਮਤਲਬ ਇਸ ਵੇਲੇ ਐਮਰਜੈਂਸੀ ਵਾਲਾ ਹਾਲ ਹੋਇਆ ਪਿਆ ਸਾਡਾ, ਕੋਈ ਸੁਣਵਾਈ ਹੀ ਨਹੀਂ ਹੈਗੀ, ਨਾ ਉੱਥੇ ਕੋਈ ਹਾਲ ਹੈ। NHAI ਦੇ ਹਾਈਵੇ ਦੇ ਪ੍ਰੋਜੈਕਟ ਕੈਂਸਲ ਹੋਣ ਡੇ ਨੇ, ਉਹਦਾ ਚੱਲ ਕੋਈ ਧਿਆਨ ਨਹੀਂ ਗਾ, ਔਰ ਲਾਅ ਐਂਡ ਆਰਡਰ ਮਾੜਾ ਹੈ। ਦੇਖੋ, ਉੱਥੇ CIA ਸਟਾਫ 'ਚ ਜਿਹੜਾ ਨਾਰਥ ਪੁਲਿਸ ਨੂੰ ਇੰਟਰਵਿਊ ਦੇ ਰਿਹਾ ਹੈ, ਇਹ ਕਹਿ ਰਹੇ ਇੱਥੇ ਹੋਈ ਨਹੀਂ ਪੰਜਾਬ ਦੇ ਵਿੱਚ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਸੋ ਕਾਰਪੋਰੇਸ਼ਨ ਹੈ ਨਹੀਂ ਕਿ ਸਾਰਾ ਸ਼ਹਿਰ ਕੂੜੇ ਨਾਲ ਭਰਿਆ ਪਿਆ, ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਬੰਦ ਨੇ, ਬੁਰੇ ਹਾਲ ਨੇ, ਗੰਦਾ ਪਾਣੀ ਪੀਣ ਵਾਲਾ ਮਿਲ ਰਿਹਾ, ਕਾਰਪੋਰੇਸ਼ਨ 2.5 ਸਾਲ ਤੋਂ ਇੰਨੀ ਕਿ ਸੁੱਤੇ ਨੇ, ਔਰ ਕੋਈ ਫਿਕਰ ਹੀ ਨਹੀਂ ਹੈਗਾ ਉਹਨਾਂ ਨੂੰ। ਸੋ ਇਹ ਸਰਕਾਰ ਤੇ ਸਿਰਫ ਨਾਂ ਦੀ ਸਰਕਾਰ। ਗੁਰਜੀਤ ਜੀ, ਜੇਕਰ ਗੱਲ ਕੀਤੀ ਜਾਵੇ ਤੇ ਲਾਸਟ ਵਾਲਾ ਮੇਰਾ, ਕਿ ਜਿਸ ਤਰ੍ਹਾਂ ਗੰਦੇ ਨਾਲੇ ਦੀ ਗੱਲ ਕੀਤੀ ਜਾਂਦੀ ਸੀ ਇਲੈਕਸ਼ਨ ਦੇ ਵਿੱਚ, ਲਗਾਤਾਰ ਹੀ ਗੰਦੇ ਨਾਲੇ ਤੇ ਬਹੁਤ ਸਿਆਸਤ ਹੋਈ, ਤੁਹਾਡੇ ਵੱਲੋਂ ਵੀ ਮੁੱਦਾ ਚੁੱਕ ਲਿੱਤਾ ਗਿਆ, ਕੀ ਲੱਗਦਾ ਕਿ ਇਹ ਮੁੱਦਾ ਬਣ ਕੇ ਰਹਿ ਜਾਂਦਾ ਜਦੋਂ ਵੀ, ਕਿਉਂਕਿ ਦੂਸਰੇ ਬੰਨੇ ਕੋਈ ਬਣ ਕੇ ਰਹਿੰਦਾ? ਦੇਖੋ, ਇਹ ਸਟੇਟ ਦਾ ਸਬਜੈਕਟ ਹੈ, ਔਰ ਇਸੇ ਕਰਕੇ ਹੀ ਮਾਨਯੋਗ ਧਾਰੀਵਾਲ ਸਾਹਿਬ ਉਹਨਾਂ ਨੂੰ ਉਦਘਾਟਨ ਵੀ ਕਰਕੇ ਗਏ ਤੇ 2 ਦਿਨ ਸਿਰਫ ਡੇ ਚੱਲੀ ਹੈ, ਕਿਉਂਕਿ ਕੰਮ ਹੀ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਕੁਐਸਚਨ ਲਾਏ ਸੀ। ਉਹਨੇ ਕੇਂਦਰ ਗੌਰਮੈਂਟ ਨੇ ਕਿਹਾ ਕਿ ਇਹ ਸਾਡਾ ਕੰਮ ਨਹੀਂ ਗਾ, ਉਹਨਾਂ ਨੇ ਕਰਨੇ, ਅਸੀਂ ਪੈਸੇ ਦੇ ਸਕਦੇ ਹਾਂ, ਇਹ ਪ੍ਰੋਜੈਕਟ ਬਣਾ ਕੇ ਲਿਆਉਣ, ਪ੍ਰੋਜੈਕਟ ਬਣਾਉਂਦੇ ਨਹੀਂ ਗੇ, ਤੇ ਰੌਲਾ ਇੱਥੇ ਪਾਈ ਜਾਂਦੇ ਵੀ ਹੋਰ ਨਹੀਂ ਰਿਹਾ, ਫਲਾਣਾ ਨਹੀਂ ਕਰ ਰਿਹਾ, ਫਲਾਣਾ ਨਹੀਂ ਕਰ ਰਿਹਾ। ਔਰ ਅੱਜ ਵੇਖੋ, ਉਧਰ ਤੁਸੀਂ ਜਾ ਕੇ ਕਵਰ ਕਰਕੇ ਆਓ, 2 ਦਿਨ ਸਿਰਫ ਚੱਲੀ JCB ਮੁੜ ਕੇ ਚੱਲੀ। ਹੋਰ ਕੋਈ ਮੁੱਦੇ ਹੈ ਨੇ ਜੀ ਜਿਹੜੇ ਕੀਤੇ ਚੁੱਕੇ ਜਾ? ਬਿਲਕੁਲ ਚੁੱਕਾਂਗੇ ਜੀ, ਆਉਣ ਵਾਲਾ ਸਮਾਂ ਸਾਰਾ ਇਹੀ ਮਤਲਬ ਸ਼ਹਿਰ ਨਾਲ ਜੁੜੇ ਸਾਰੇ ਪੱਖ ਨੂੰ ਰੱਖਾਂਗੇ। ਕੀ ਲੱਗਦਾ ਭਗਵੰਤ ਮਾਨ ਦਾ ਕਰਾਓ ਵੀ ਕੀਤਾ ਜਾ ਸਕਦਾ?
ਨਹੀਂ ਕਰਾਓ, ਤੇ ਜੇ ਉਹ ਨਾ ਕਰਨਗੇ ਫਿਰ ਇਹ ਸਾਰੇ ਕੰਮ ਹੋਣਗੇ। ਅਸੀਂ ਲੋਕ ਆਵਾਜ਼ ਤੇ ਬੁਲੰਦ ਕਰਾਂਗੇ, ਲੋਕਤੰਤਰ ਤਰੀਕੇ ਦੇ ਨਾਲ ਉਹਨਾਂ ਦਾ ਆਪਣਾ ਹੱਕ ਮੰਗਾਂਗੇ। ਇਹ ਸਨ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ, ਜਿਹਨਾਂ ਵੱਲੋਂ ਸਾਫ਼ ਕਿਹਾ ਗਿਆ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਵਿੱਚ ਜਿਹੜੀਆਂ ਬਹੁਤ ਸਾਰੇ ਮੁੱਦੇ ਜਿਹੜੇ ਸੀ ਚੁੱਕੇ ਗਏ ਸਨ, ਉਹਨਾਂ ਨੂੰ ਲੈ ਕੇ ਜਿਹੜਾ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਹੈ ਉਹ ਉਹਨਾਂ ਵੱਲੋਂ ਆਵਾਜ਼ ਜਿਹੜੀ ਹੈ ਬੁਲੰਦ ਕੀਤੀ ਜਾਵੇਗੀ। ਲੇਕਿਨ ਕਿਤਨਾ ਕਿਤੇ ਜੋ ਮੁੱਦੇ ਨੇ ਬਹੁਤ ਵੱਡਾ ਮੁੱਦਾ ਸੀ ਅਟਾਰੀ ਦਾ, ਜਿਹੜਾ ਕਿ ਆਈ ਸੀ ਪੀ ਜਿਹੜਾ ਸੀਗਾ ਬੰਦ ਕੀਤਾ ਗਿਆ ਸੀ, ਉਹਨੂੰ ਬੋਲਣ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਗਈ ਸੀ। ਦੂਸਰੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ 'ਚ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਵੀ ਉਹ ਕਾਫ਼ੀ ਚਿੰਤਤ ਨੇ, ਅਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਜਲਦ ਹੀ ਉਸਦਾ ਹੱਲ ਵੀ ਜਿਹੜਾ ਜ਼ਰੂਰ ਕੱਢਿਆ ਜਾਵੇਗਾ। ਕੈਮਰਾਮੈਨ ਵੰਸ ਦਿਨਾ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ ਸਾਹਿਬ।